सो हेलो एवरीवन, वेलकम टू माय चैनल टायर ऑफ द बेस्ट। सो गाइस, इस वीडियो में ना सिटी 100 बजाज वाला मोटरसाइकिल में ना हम आपको MRF का 2.75/18 ट्यूबलेस टायर डाल के दिखाने वाला हूँ। तो वीडियो पूरा एंड तक देखते रहे, सारा चीज़ A to Z कैसे फिटिंग होगा, कैसे फिटिंग किया जाता है, जो फिटिंग का सही तरीका है, वो सारा चीज़ आपको डिटेल में दिखाने वाले हैं। रिम सफाई करके, तेल लगा के, मोबिल लगा के सारा कुछ फिट करके दिखाने वाला है। तो वीडियो पूरा एंड तक देखते रहे। अगर आप हमारे चैनल पर नए हैं तो चैनल को सब्सक्राइब करें, सब्सक्राइब करके नोटिफिकेशन ऑन कर लें। इस तरह का हमारे हर तरह का जानकारी आपको टायर से रिलेटेड मिलते रहता है। ਅਰੇ ਨਵਾਂ ਸਾਰੇ ਇਹਨਾਂ ਦੇ ਕੰਮ ਵੀ ਨਿਕਲਿਆ ਨਹੀਂ, ਕੰਮ ਨੂੰ ਤਾਂ ਭੈਣ ਤਾਂ ਗੱਡੀ ਲੱਗਿਆ ਹੁੰਦਾ ਪੂਰਾ। ਕੀ ਪਾਤਾ ਤੇ ਫਿਰ ਬਦੂ ਮਾਰੀ ਜਾਂਦਾ, ਕੱਢੋ ਉਹਨੂੰ ਭੈਣ ਚ, ਬਹੁਤ ਗੰਦੀ ਸਮਾਈਲ ਹੈ। ਚੱਲ ਇਹ ਤਾਂ ਐਕਸਪੀਰੀਅੰਸ ਤਾਂ ਹੋ ਗਿਆ ਭੈਣ ਚੋ, ਇਹਨੇ ਰਾਤ ਨੂੰ ਗਏ ਸੀਗੇ ਰਹਿ ਕੇ ਜਾਣ ਤੋਂ ਪਹਿਲਾਂ ਸਾਰਾ ਬੇਲੀ ਇੱਕ ਦਿਨ ਪਹਿਲਾਂ ਸ਼ੋਰ ਕਰ ਲੈਣਾ। ਸਾਰਾ ਹਾਲ ਤੇ ਕੀ ਹੋਇਆ
ਮੈਂ ਤਾਂ ਹੈਲਮਟ ਪਾ ਕੇ ਅੰਦਰ ਗਿਆ ਸੀਗਾ ਪਹਿਲੀ ਵਾਰ ਭੈਣ 'ਚ। ਉਸ ਤਰ੍ਹਾਂ ਜੇ ਸਾਡਾ ਕੰਡਾ ਹੀ ਸੀ, ਕੰਡਾ ਦਾ ਘਰ ਸੀਗਾ ਭੈਣ 'ਚ, ਜਿੱਥੇ ਮਤਲਬ ਜੋ ਬਾਂਸ ਨਹੀਂ ਸੀਗਾ ਉਹ ਬਾਂਸ ਵਾਲਾ, ਇੱਥੇ ਕੰਡਾ ਹੀ ਵਾਲਾ ਬਾਂਸ ਹੁੰਦਾ ਸਾਰਾ ਪਿੰਡ 'ਚ, ਇੱਦਾਂ ਬਾਂਸ ਨੂੰ ਕੰਡਾ ਨਹੀਂ ਹੁੰਦਾ ਇੱਥੇ, ਇੱਦਾਂ ਬਾਂਸ ਵੀ ਨੀਵਾਂ ਸੀਗਾ। ਮੈਂ ਨੀ ਡਰਿਆ ਥੋੜਾ ਜੀ, ਮੈਨੂੰ ਬਹੁਤ ਮਹਿਸੂਸ ਨੀ ਆਇਆ ਕੋਈ ਹੈ ਨੀ ਹੈ। ਹਾਂ ਸਵੇਰੇ ਆਪਾਂ ਉੱਠਿਆ ਨਾ ਮਹਾਰਾਜ, ਡਰ ਲੱਗਦਾ ਕੋਈ ਭੈਣ ਚ ਕੋਈ ਉਹ ਨਾ ਆ ਜਾਏ ਸ਼ੇਰ ਸੂਰ, ਉਹਦਾ ਡਰ ਹੁੰਦਾ ਸੀ। ਜਲੰਧਰ ਦਾ ਨਵਾਂ ਕੰਟਰੋਲ ਰੂਮ, ਇੱਥੇ ਕੈਮਰੇ ਜ਼ਰੀਏ ਹੋਵੇਗਾ ਚਲਾਨ ਟ੍ਰੈਫਿਕ ਕੰਟਰੋਲ। ਜਲੰਧਰ ਚ ਆ ਗਿਆ ਹੁਣ, ਦੇਸ਼ ਬਦਲੂਗੇ ਹਰੇਕ ਦਾ ਹੋਣਾ ਯਾਰ, ਹੁਣ ਹਰੇਕ ਬੰਦੇ ਨੂੰ ਕਰਾਉਣਾ ਪੈਣਾ। ਆਹ ਰਿਕਸ਼ੇ ਕੁਮਾਰ ਗਿਆ ਯਾਰ, ਦਿੱਲੀ ਰੋਡ ਤੇ ਚੰਗੀ ਤਰ੍ਹਾਂ ਪਜਾਉਂਦੇ ਆ ਨਾ ਇਸ ਲਈ। ਵੀਡੀਓ ਬਣਾਉਣ ਨਾਲ ਕੋਈ ਹੋਰ ਬੰਦਾ ਰਹਿੰਦਾ ਹੋਣਾ ਯਾਰ, ਟੀਮ ਜਾਂਦੀ ਹੋਣੀ ਆ ਜੀ, ਇਕੱਲਾ ਤਾਂ ਨਾ ਭੈਣ ਚੋ ਜਾਂਦਾ ਹੋਣਾ ਹੈ ਜੀ। ਮੈਂ ਤਾਂ ਮਾਰ ਦੇਣਾ ਕਿਸੇ ਦੇ ਬੰਦ ਫੜ ਜੂਗੇ। ਉਹ ਬੰਦਾ ਸੱਜੀ ਕਹਿੰਦਾ ਉਹਨਾਂ ਨੂੰ ਫੁੱਦੂ ਬਣਾਉਂਦਾ ਸੀਗਾ ਜਿਹੜਾ ਉਹ ਭਗਵਾਨ ਦਾ ਪੀਏ ਇੱਥੇ ਆਇਆ ਪਿਆ। ਯਾਰ ਉਹਨੇ ਜੰਗਲਾ ਚ ਆਉਣਾ ਦੱਸ ਇੱਥੇ, ਜੇ ਆਉਣਾ ਤਾਂ ਮਿਲਟਰੀ ਨੇ ਆਉਣਾ ਨਾਲ, ਪੀਏ ਘੱਟ ਕੀ ਹੁੰਦਾ ਕਹਿੰਦਾ ਸੀ, ਉਹ ਕੁਛ ਹੈ ਤਾਂ ਹੈ ਹੀ ਨੀ ਭੈਣ ਚ ਯਾਰ, ਉਹ ਵੀ ਡਰਦੇ ਆ ਯਾਰ, ਉਹਨਾਂ ਦੀ ਹੋਣੀ ਹੈ ਕੰਮ ਤਾਂ ਬਸ ਹਟਾਇਆ ਨਾ ਸਾਨੂੰ ਸਾਈਡ ਕਰਾਇਆ। ਮੈਨੂੰ ਪਹਿਲੇ ਜਿਹਾ ਡਾਊਟ ਸੀਗਾ ਕਿਸੇ ਨੇ ਚੁਕਾ ਦੇਣਾ ਉਹਨੇ, ਮੈਨੂੰ ਪਹਿਲੀ ਸਾਈਡ ਛੱਕ ਲਿਆ ਸੀਗਾ ਕਿ ਅਗਲਾ ਉਹਨੇ ਇੰਨਾ ਮਿਹਨਤ ਕੀਤਾ ਸਫਾਈ ਕਰਕੇ, ਰਸਤਾ ਨਵਾਂ ਬਣਾਇਆ ਤਾਂ ਉਹਨੇ ਉੱਥੇ ਥੋੜ੍ਹੀ ਬਣਾ ਦੇਣਾ ਸੜਕ ਸੀਗਾ ਨਾ। ਹਾਂ ਥੱਲੇ ਉਤਰੇ ਹੁੰਦੇ ਪਤਾ ਲੱਗਣ ਯਾਰ, ਆਵਾਜ਼ ਲਾ ਪਤਾ ਲੱਗ ਹੀ ਜਾਂਦੇ, ਇੱਕ ਆਵਾਜ਼ ਇੱਕ ਬੰਦੇ ਤਾਂ ਹੁੰਦਾ ਚਲੋ ਮੰਨ ਲਈਏ, ਦਸ ਬੰਦੇ ਹੋਊਗਾ ਨਾ ਆਵਾਜ਼ ਬਹੁਤ ਦੂਰ ਤੱਕ ਜਾਂਦੇ ਆ। ਹੁਣ ਅਸੀਂ ਚੀਕਾਂ ਮਾਰਦੇ ਹੁੰਦੇ ਸੜਕ 'ਤੇ, ਕੋਈ ਲੰਘਦਾ ਉਹ ਡਰ ਜਾਂਦਾ ਆਪਣਾ ਮਾਂ ਚੋ
ਜੰਗਲੀ ਸੂਅਰ ਦੱਸਿਆ ਸੀਗਾ ਭੈਣ ਫੜ ਕੇ ਲੈ ਕੇ ਆਉਣਾ ਸੀ ਮੋਟਰਸਾਈਕਲ ਰੱਦ ਕੇ ਛੋਟਾ ਸੀਗਾ ਲਾਗੂ ਉਹ ਜੰਗਲ ਤੇ ਨੜ ਜਾਂਦਾ ਕਿਤੋਂ ਫੜੋ ਨਾ ਉਹ ਨੀ ਕੀ ਪਤਾ ਪਾਲਤੂ ਸੀਗਾ ਕਿ ਜਲ ਜੰਗਲੀ ਸੀਗਾ ਚਿੱਕਾ ਮਾਰਦਾ ਉਹ ਚਿੱਕਾ ਮਾਰਦੇ ਆ ਤੂੰ ਮਾਰਿਆ ਕਦੋਂ ਕਾਫੀ ਬੰਦੇ ਦੇਖਦੇ ਨਾ ਬਹੁਤ ਲੰਬਾ ਤਿੰਨ ਤਿੰਨ ਸੌ ਮੇਰਾ 50-60 ਦੇਖਦੇ ਜਾ ਰਹੇ ਪੰਜਾਹ ਦੇ ਲਾਇਕ ਮੇਰਾ 100-100 ਟੱਪ ਜਾਂਦਾ ਸੀ 200-200 ਹੁਣ ਨੀ ਵੱਧਦਾ ਭੈਣ ਪਤਾ ਹਾਂ ਇਹ ਬੰਦੇ ਆ ਨਾ ਜੋ ਕੋਈ ਬੰਦੇ ਆ ਕੱਪੜੇ ਜੀ ਜਾ